ਪੰਜਾਬ ਵਿੱਚ ਦਿਨੋ ਦਿਨ ਗਰਕ ਰਹੀ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪਈ ਹੈ, ਪਰ ਨਾ ਤਾਂ ਸਰਕਾਰ ਅਤੇ ਨਾ ਹੀ ਕੋਈ ਹੋਰ ਇਹਨਾਂ ਕਿਸਾਨਾਂ ਲਈ ਕੋਈ ਟੁੱਕਦਾ ਰਾਹ ਲੱਭ ਸਕਿਆ। ਲਿਹਾਜ਼ਾ ਹੁਣ ਇੱਕ ਵਾਰ ਫਿਰ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦਾ ਸੁਝਾਅ ਦਿੱਤਾ। ਬਠਿੰਡਾ ਵਿੱਚ ਕਿਸਾਨ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਈ ਕਿਸਾਨ ਬਚਾਓ ਰੈਲੀ ਵਿੱਚ ਪੁੱਜੇ ਡਾਕਟਰ ਗਾਂਧੀ ਨੇ ਕਿਸਾਨਾਂ ਨੂੰ ਚੂਰਾ ਪੋਸਤ ਦੀ ਖੇਤੀ ਦੀ ਸਲਾਹ ਦਿੱਤੀ ਤਾਂ ਕਿ ਕਿਸਾਨ ਫਸਲੀ ਚੱਕਰ ਨੂੰ ਛੱਡ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ। ਮੀਡੀਆ ਦੇ ਰੂਬਰੂ ਹੁੰਦਿਆਂ ਡਾਕਟਰ ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਸਰਕਾਰਾਂ ਅਫੀਮ ਦੀ ਖੇਤੀ ਕਰਵਾ ਰਹੀਆਂ ਨੇ, ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਇਸ ਨੂੰ ਮਾਨਤਾ ਦੇਣੀ ਚਾਹੀਦੀ ਹੈ। ਦੇਖੋ, ਜੋ ਅੱਜ ਦੀ ਰੈਲੀ ਹੈਗੀ ਹੈ, ਪੰਜਾਬ ਦੇ ਕਿਸਾਨੀ ਨਾਲ ਜੁੜੇ, ਪੰਜਾਬ ਦੇ ਪਾਣੀ ਨਾਲ ਜੁੜੇ, ਪੰਜਾਬ ਦੀ ਜਵਾਨੀ ਨਾਲ ਜੁੜੇ ਇੱਕ ਬਹੁਤ ਹੀ ਮਹੱਤਵਪੂਰਨ ਮੁੱਦੇ 'ਤੇ ਹੈਗੀ ਹੈ, ਜਿਸ ਵਿੱਚ ਬਹੁਤ ਸੂਝਵਾਨ ਲੋਕਾਂ ਨੇ ਉੱਨਤ ਕਿਸਾਨ ਵੈਲਫੇਅਰ ਜਥੇਬੰਦੀ ਦੇ ਵੱਲੋਂ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ 'ਚੋਂ ਆ ਕੇ ਇੱਥੇ ਇਕੱਠ ਕੀਤਾ ਹੈਗਾ ਹੈ। ਜਿਹਦੇ 'ਚ ਮੁੱਦਾ ਇਹ ਹੈ ਕਿ ਜਿਵੇਂ ਹਿੰਦੁਸਤਾਨ ਦੇ 12 ਸੂਬਿਆਂ 'ਚ ਘੱਟ ਵੱਧ ਰੂਪ ਵਿੱਚ ਅਤੇ ਦੋ ਮੁੱਖ ਸੂਬਿਆਂ 'ਚ ਖਾਸ ਤੌਰ 'ਤੇ ਰਾਜਸਥਾਨ ਦੇ ਮੱਧ ਪ੍ਰਦੇਸ਼ ਵਿੱਚ ਵੱਡੀ ਪੱਧਰ 'ਤੇ ਕਿਸਾਨਾਂ ਨੂੰ ਖਸਖਸ ਬੀਜਣ ਦੀ ਇਜਾਜ਼ਤ ਹੈ, ਜਿਹਦੇ ਵਿੱਚੋਂ ਅਫੀਮ ਪੈਦਾ ਹੁੰਦੀ ਹੈ, ਜਿਹਦੀ ਕੌਮਾਂਤਰੀ ਮਾਰਕੀਟ 'ਚ ਬਹੁਤ ਲੋੜ ਹੈਗੀ ਹੈ ਔਰ ਬੜੇ ਮਹਿੰਗੇ ਭਾਅ ਵਿਕਦੀ ਹੈਗੀ ਹੈ। ਦਰਜਨਾਂ ਦਵਾਈਆਂ 'ਚ ਅਫੀਮ ਦੀ ਵਰਤੋਂ ਹੁੰਦੀ ਹੈਗੀ ਹੈ, ਸੰਸਾਰ ਭਰ 'ਚ ਬਹੁਤ ਵੱਡੀ ਮੰਡੀ ਹੈਗੀ ਹੈ। ਉੱਥੋਂ ਦੇ ਕਿਸਾਨਾਂ ਦੀ ਇੰਟਰਵਿਊ ਪੜ੍ਹ ਕੇ ਐਂ ਲੱਗਦਾ ਕਿ ਉਹਨਾਂ ਨੂੰ ਖਸਖਸ ਬੀਜਣ ਤੋਂ ਇੱਕ ਤਾਂ ਪਹਿਲਾਂ ਅਫੀਮ ਪ੍ਰਾਪਤ ਹੁੰਦੀ ਹੈ, ਉਸ ਤੋਂ ਬਾਅਦ 'ਚ ਜੋ ਡੋਡੇ ਹੈਗੇ, ਜੋ ਤਨਾ ਹੈਗਾ, ਜੋ ਜੜ੍ਹਾਂ ਹੈਗੀਆਂ, ਸਭ ਦੀ ਭੁੱਕੀ ਬਣਦੀ ਹੈਗੀ ਹੈ, ਜਿਸ ਤੋਂ ਫਿਰ ਉਹਨਾਂ ਨੂੰ ਮਤਲਬ ਆਮਦਨ ਹੁੰਦੀ ਹੈ, ਫਿਰ ਜੋ ਖਸਖਸ ਨਿਕਲਦੀ ਹੈ ਡੋਡੇ ਵਿੱਚੋਂ ਉਸ ਤੋਂ ਆਮਦਨ ਹੁੰਦੀ ਹੈਗੀ ਹੈ। ਸੋ ਇਹ ਇੱਕ ਲਾਹੇਬੰਦੀ ਇੱਕ ਧੰਦਾ ਹੈਗਾ, ਲਾਹੇਬੰਦੀ ਖੇਤੀ ਹੈਗੀ ਜਿਹੜੀ ਪੰਜਾਬ ਵਿੱਚ ਇਜਾਜ਼ਤ ਨਹੀਂ ਹੈਗੀ ਹੈ। ਸੰਨ 55 ਤੱਕ ਪੰਜਾਬ ਵਿੱਚ ਖਸਰਾ ਨੰਬਰ ਦੇ ਕੇ ਬਕਾਇਦਾ ਕੁਛ ਖੇਤਾਂ ਵਿੱਚ ਲਾਇਸੈਂਸ ਦੇ ਨਾਲ ਫੀਮ ਪੋਸਟ ਬੀਜਣ ਦੀ ਆਗਿਆ ਹੁੰਦੀ ਸੀਗੀ, ਉਸ ਤੋਂ ਬਾਅਦ ਸਰਕਾਰ ਨੇ ਬੰਦ ਕਰ ਦਿੱਤੀ ਹੈਗੀ ਹੈ। ਅੱਜ ਪੰਜਾਬ ਦੇ ਕਿਸਾਨੀ ਦੇ ਸੰਕਟ ਨੂੰ ਦੇਖਦਿਆਂ ਹੋਇਆਂ, ਕਰਜ਼ਾਈ ਕਿਸਾਨ ਨੂੰ ਦੇਖਦਿਆਂ ਹੋਇਆਂ, ਖੁਦਕੁਸ਼ੀਆਂ ਕਰਦੇ ਕਿਸਾਨ ਨੂੰ ਦੇਖਦਿਆਂ ਹੋਇਆਂ ਔਰ ਪੰਜਾਬ ਜੋ ਗੰਭੀਰ ਸੰਕਟ ਦਾ ਸ਼ਿਕਾਰ ਹੈ ਪੰਜਾਬ ਦੀ ਕਿਸਾਨੀ, ਜਿਸ ਕਰਕੇ ਪੰਜਾਬ ਦੀ ਕਿਸਾਨੀ ਅੱਜ ਬਹੁਤ ਮੰਦਹਾਲੀ ਵਾਲੇ ਦੌਰ 'ਚ ਗੁਜ਼ਰ ਰਹੀ ਹੈ, ਉਸ ਨੂੰ ਦੇਖਦੇ ਹਾਂ, ਪੰਜਾਬ ਸਰਕਾਰ ਦੇ ਹੱਥ ਵਿੱਚ ਹੈਗਾ, ਪੰਜਾਬ ਸਰਕਾਰ ਕਰ ਸਕਦੀ ਹੈ। ਡਾਕਟਰ ਗਾਂਧੀ ਨੇ ਕਿਹਾ ਕਿ ਅਫੀਮ ਅਤੇ ਭੁੱਕੀ ਦੀ ਖੇਤੀ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਦੇ ਨਾਲ ਪੰਜਾਬ ਨੂੰ ਮੈਡੀਕਲ ਅਤੇ ਸਿੰਥੈਟਿਕ ਨਸ਼ਿਆਂ ਦੇ ਜਾਲ ਵਿੱਚੋਂ ਬਾਹਰ ਕੱਢਣ 'ਚ ਵੀ ਸਹਾਈ ਹੋਵੇਗੀ। ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੀ ਅਫੀਮ ਦੀ ਜਿਹੜੀ ਲੋੜ ਹੈ ਦੁਨੀਆ ਭਰ 'ਚ ਡਰੱਗ ਮਾਰਕੀਟ 'ਚ, ਉਹਨੂੰ ਪੂਰਾ ਕਰਨ ਵਾਸਤੇ, ਜੋ ਹੋਰ ਅਫੀਮ ਦੇ ਫਾਇਦੇ ਨਜ਼ਰ ਆ ਰਹੇ ਉਹਨੂੰ ਪੂਰਾ ਕਰਨ ਵਾਸਤੇ, ਪੰਜਾਬ ਦੇ ਕਿਸਾਨਾਂ ਦੇ ਆਪਣੀ ਹਾਲਤ ਆਰਥਿਕ ਹਾਲਤ ਸੁਧਾਰਨ ਵਾਸਤੇ ਔਰ ਪੰਜਾਬ 'ਚ ਜੋ ਨਸ਼ਿਆਂ ਦਾ ਸੰਕਟ ਹੈ ਉਹ ਵੀ ਇਸ ਕਰਕੇ ਹੀ ਪੈਦਾ ਹੋਇਆ ਕਿ ਜਿਹੜੇ ਚਿੱਟਾ ਆਇਆ, ਸਮੈਕ ਆਈ, ਮੈਡੀਕਲ ਨਸ਼ੇ ਆਏ ਜਾਂ ਹੀਰੋਇਨ ਆਈ ਹੈਗੀ ਹੈ, ਉਹ ਅਸਮਾਨ ਤੋਂ ਨਹੀਂ ਟਪਕੇ, ਉਹ ਆਏ ਉਦੋਂ ਹੈਗੇ ਹੈ ਕਿਉਂਕਿ ਉਹ ਫੀਮ ਅਤੇ ਭੁੱਕੀ ਦੇ ਬੈਨ ਲੱਗਿਆ ਹੈਗਾ। ਜਦ ਤੱਕ ਪੰਜਾਬ ਫੀਮ ਅਤੇ ਭੁੱਕੀ ਖਾਣ ਵਾਲਿਆਂ ਅਤੇ ਫੀਮ ਭੁੱਕੀ ਵਿਚਕਾਰ ਸੀਗੀ, ਪੰਜਾਬ 'ਚ ਕੋਈ ਨਸ਼ਾ ਸੰਕਟ ਨਹੀਂ ਸੀ, ਕੋਈ ਬੰਦਾ ਫੀਮ ਭੁੱਕੀ ਨਾਲ ਨਹੀਂ ਮਰਿਆ, ਇਹ ਜਾਨਲੇਵਾ ਨਹੀਂ ਹੈਗਾ ਸਿਹਤ ਵਾਸਤੇ, ਕੋਈ ਕਿਸੇ ਬੰਦੇ ਨੂੰ ਮਾਰਦਾ ਨਹੀਂ ਹੈਗਾ, ਇਹ ਮੁਕਾਬਲਤਨ ਨਸ਼ਿਆਂ ਜਿਹੜੇ ਦੂਜੇ ਨਸ਼ੇ ਨੇ, ਮੈਡੀਕਲ ਨਸ਼ੇ ਨੇ ਜਾਂ ਜਿਹੜੇ ਸਿੰਥੈਟਿਕ ਨਸ਼ੇ ਨੇ ਜਿਹਨੇ ਚਿੱਟਾ ਹੈਗਾ, ਸਮੈਕ ਹੈਗਾ, ਇਹਨਾਂ ਦੇ ਮੁਕਾਬਲੇ ਬਹੁਤ ਸੇਫ ਨਸ਼ਾ ਹੈਗਾ। ਰੈਲੀ ਵਿੱਚ ਪਹੁੰਚੇ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਆਉਂਦੇ ਇੱਕ ਸਾਲ ਦੇ ਅੰਦਰ ਅੰਦਰ ਪੰਜਾਬ ਵਿੱਚ ਅਫੀਮ ਦੀ ਖੇਤੀ ਨੂੰ ਲਾਗੂ ਕਰਾਉਣ ਦਾ ਦਾਅਵਾ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਨੇ ਆਪਣੀ ਹੀ ਅਕਾਲੀ ਪਾਰਟੀ ਨੂੰ ਵੀ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਲਈ ਜ਼ਿੰਮੇਵਾਰ ਕਰਾਰ ਦਿੱਤਾ। ਕੰਮਬੰਦ ਕਰਾਂਗੇ, ਅਸੀਂ ਨਵੰਬਰ ਦੇ ਵਿੱਚ ਐਲਾਨ ਕਰ ਦਿੱਤਾ ਇੱਕ ਵੱਡਾ ਇਕੱਠ ਚੰਡੀਗੜ੍ਹ ਦੇ ਵਿੱਚ ਕਰਾਂਗੇ ਅਤੇ ਮਾਰਚ 'ਚ ਦਿੱਲੀ 'ਚ ਅਸੀਂ ਇਹਨਾਂ ਸਰਕਾਰ ਨੂੰ ਹਿਲਾ ਦੇਵਾਂਗੇ। ਇੱਥੇ ਵੀ ਅਸੀਂ ਬਿੱਲ ਪਾਸ ਕਰਵਾਉਣਾ ਅਤੇ ਦਿੱਲੀ 'ਚ ਵੀ ਅਸੀਂ ਪਾਸ ਕਰਵਾ ਕੇ ਅਸੀਂ ਲੋਕਾਂ ਨਾਲ ਵਾਅਦਾ ਕਰਦੇ ਹਾਂ, ਕਿਸਾਨਾਂ ਨਾਲ ਵਾਅਦਾ ਕਰਦੇ ਹਾਂ, ਅਸੀਂ ਅਗਲੇ ਸਾਲ ਤੱਕ ਕਾਮਯਾਬ ਹੋ ਜਾਵਾਂਗੇ।
ਅਸੀਂ ਪੱਟੇ ਬਣਵਾ ਕੇ ਦੇਵਾਂਗੇ ਤੇ ਕਿਸਾਨਾਂ ਨੂੰ ਇਹਦੀ ਖੇਤੀ ਕਰਨ ਦੀ ਖੁੱਲ੍ਹ ਦਵਾਉਂਦੇ ਹਾਂ। ਸਾਨੂੰ ਪਹਿਲਾਂ ਡਰ ਸੀ ਕਿਤੇ ਸਾਡੇ ਮੁੰਡੇ ਅਮਲੀ ਨਾ ਬਣ ਜਾਣ, ਜਦ ਹੁਣ ਅਸੀਂ ਇਹ ਪੋਜੀਸ਼ਨ ਇਹ ਆ ਗਈ ਆ ਵੀ ਸਾਰੇ ਬੰਦੇ ਚਿੱਟੇ 'ਤੇ ਲੱਗ ਚੱਲੇ ਆ, ਚਿੱਟਾ ਹੀ ਇੰਨਾ ਵੱਧ ਗਿਆ। ਸਾਨੂੰ ਕਾਂਗਰਸ 'ਤੇ ਆਸ ਸੀ ਵੀ ਚਿੱਟਾ ਰੋਕ ਦੂ, ਨਸ਼ੇ ਰੋਕ ਦੂ, ਪਰ ਨਸ਼ਾ ਤਾਂ ਉਦੋਂ ਵਧਾ ਤਾ ਇਹਨਾਂ ਨੇ, ਉਹਦੇ ਕਰਕੇ ਸਾਨੂੰ ਅੱਕ ਕੇ ਇਹ ਕਹਿਣਾ ਪਿਆ। ਉਹਦੇ ਲਈ ਵੀ ਅਸੀਂ ਕਿਸੇ ਸਰਕਾਰ ਨੂੰ ਦੋਸ਼ੀ ਨਹੀਂ ਮੰਨਦੇ, ਸਾਰੀਆਂ ਸਰਕਾਰਾਂ ਦੋਸ਼ੀ ਨੇ ਇਹਦੇ ਪਿੱਛੇ। ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਹਦੀ ਖੁੱਲ੍ਹ ਦਿੱਤੀ ਜਾਵੇ। ਜਿੰਨੀਆਂ ਸਰਕਾਰਾਂ ਕੋਈ ਵੀ ਹੋਈ, ਕਾਂਗਰਸ ਹੋਈ, ਭਾਜਪਾ ਹੋਈ, ਸਾਰੀਆਂ ਸਰਕਾਰਾਂ ਦੋਸ਼ੀ ਨੇ, ਸਾਰੀਆਂ ਸਰਕਾਰਾਂ ਦੋਸ਼ੀ, ਅਕਾਲੀ ਵੀ ਦੋਸ਼ੀ ਆ ਸਾਰੇ। ਅਸਲ ਵਿੱਚ ਪੰਜਾਬ ਦੇ ਕਿਸਾਨ ਅਫੀਮ ਦੀ ਖੇਤੀ ਲਈ ਆਰਥਿਕ ਮੰਦਹਾਲੀ ਤੋਂ ਇਲਾਵਾ ਹੋਰ ਤਰ੍ਹਾਂ ਦੇ ਤਰਕ ਦੇ ਰਹੇ ਨੇ। ਕਿਸਾਨਾਂ ਦਾ ਮੰਨਣਾ ਹੈ ਕਿ ਦੇਸ਼ ਭਰ ਤੋਂ ਕਈ ਅਰਬਪਤੀ ਪੰਜਾਬ ਦੀਆਂ ਜ਼ਮੀਨਾਂ 'ਤੇ ਅੱਖਾਂ ਗੱਡੀ ਬੈਠੇ ਨੇ, ਜੋ ਪੰਜਾਬ ਦੀਆਂ ਜ਼ਮੀਨਾਂ ਕਿਸਾਨਾਂ ਤੋਂ ਮਹਿੰਗੇ ਭਾਅ 'ਤੇ ਖਰੀਦ ਕੇ ਕਿਸਾਨਾਂ ਨੂੰ ਹੀ ਆਪਣਾ ਨੌਕਰ ਬਣਾਉਣਾ ਚਾਹੁੰਦੇ ਨੇ। ਇਸ ਦੇ ਨਾਲ ਹੀ ਕਿਸਾਨਾਂ ਦਾ ਇਹ ਵੀ ਮੰਨਣਾ ਹੈ ਕਿ ਅਫੀਮ ਦੀ ਖੇਤੀ ਦੇ ਨਾਲ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਹੋਰ ਥੱਲੇ ਜਾਣੋਂ ਬਚਾਇਆ ਜਾ ਸਕਦਾ ਹੈ। ਅਜਿਹੇ ਵਿੱਚ ਜੇਕਰ ਸਰਕਾਰ ਅਫੀਮ ਦੀ ਖੇਤੀ ਦੀ ਇਜਾਜ਼ਤ ਦਿੰਦੀ ਹੈ ਤਾਂ ਖੇਤੀ ਕਿਸਾਨਾਂ ਲਈ ਮੁੜ ਤੋਂ ਇੱਕ ਲਾਹੇਵੰਦ ਧੰਦਾ ਬਣ ਸਕਦੀ ਹੈ।